ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਪ੍ਰਣਾਮ ਕਰਨ ਜਾ ਰਹੇ ਹਾਂ। ਸੋ ਵੀਡੀਓ ਦੇ ਨਾਲ ਜੁੜੇ ਰਹੋ। ਰਸਤੇ ਵਿੱਚ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਸੋ ਭੁੱਲਾਂ ਚੁੱਕਾਂ ਨੂੰ ਮਾਫ਼ ਕਰਨਾ ਅਤੇ ਵੀਡੀਓ ਦੇ ਨਾਲ ਜੁੜੇ ਰਹੋ। ਸੋ ਚੱਲਦੇ ਹਾਂ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਪ੍ਰਣਾਮ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲਮੋਸਟ ਸਰਹੰਦ ਪਹੁੰਚਣ ਵਾਲੇ ਹਾਂ। ਲਗਭਗ 4 ਕਿਲੋਮੀਟਰ ਦਾ ਪੈਂਡਾ ਰਹਿ ਗਿਆ ਇਸ ਵੇਲੇ। ਸੋ ਮਿਲਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਸਰਹੰਦ ਵਿਖੇ। ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਹਾਂ ਜੀ। ਇਸ ਵੇਲੇ ਆਪਾਂ ਦੇਖ ਸਕਦੇ ਹਾਂ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਜੋਤੀ ਸਰੂਪ ਪਹੁੰਚ ਚੁੱਕੇ ਹਾਂ ਜੀ ਆਪਾਂ। ਅਤੇ ਤੁਸੀਂ ਵੇਖ ਸਕਦੇ ਜੇ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈਗਾ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ। ਬਹੁਤ ਲੰਮਾ ਟ੍ਰੈਫਿਕ ਲੱਗਾ ਹੋਇਆ ਥਾਂ ਥਾਂ 'ਤੇ। ਆਪਾਂ ਇਸ ਵੇਲੇ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਠੰਡਾ ਬੁਰਜ ਵਿਖੇ। ਸੋ ਕਰਦੇ ਹਾਂ ਆਪਾਂ ਦਰਸ਼ਨ ਅਤੇ ਉਸ ਤੋਂ ਬਾਅਦ ਪਾਉਂਦੇ ਹਾਂ ਆਪਾਂ ਚਾਲੇ। ਅਜੋ ਆਪਾਂ ਕਰਦੇ ਹਾਂ ਦਰਸ਼ਨ। ਆਪਣੇ ਕੋਲੋਂ ਠੰਡਾ ਬੁਰਜ ਵਿਖੇ ਮੱਥਾ ਨਹੀਂ ਟੇਕਿਆ ਗਿਆ ਕਿਉਂਕਿ ਬਹੁਤ ਸਾਰੀ ਸੰਗਤ ਸੀ, ਨਾਲੇ ਸੇਮ ਡੇ ਹੀ ਵਾਪਸੀ ਕਰਨੀ ਸੀ। ਜੇ ਲੈਣ ਵਿੱਚ ਲੱਗ ਜਾਂਦੇ ਤਾਂ ਕਾਫੀ ਟਾਈਮ ਲੱਗ ਸਕਦਾ ਸੀ। ਸੋ ਇਸ ਗੱਲ ਦਾ ਬੋਝ ਰਹਿ ਗਿਆ ਮਨ 'ਤੇ ਵੀ ਸਾਡੇ ਕੋਲ ਠੰਡਾ ਬੁਰਜ ਵਿਖੇ ਮੱਥਾ ਨਹੀਂ ਟੇਕਿਆ ਗਿਆ। ਗੁਰਦੁਆਰਾ ਸਾਹਿਬ ਮੱਥਾ ਟੇਕ ਕੇ, ਭੋਰਾ ਸਾਹਿਬ ਮੱਥਾ ਟੇਕ ਕੇ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸੰਗਤਾਂ ਲੰਗਰ ਛੱਕ ਕੇ 9 ਵਜੇ ਨਾਲ ਚੱਲ ਪਈਆਂ ਅਤੇ ਰਾਤ ਦੇ ਤਕਰੀਬਨ 12 ਵਜੇ ਨਾਲ ਅਸੀਂ ਆਪਣੇ ਗ੍ਰਹਿ ਵਿਖੇ ਪਹੁੰਚ ਗਏ। ਸੋ ਵਲੋਗ ਇੰਨਾ ਹੀ, ਜੇ ਵਧੀਆ ਲੱਗਿਆ ਹੋਊਗਾ ਤਾਂ ਚੈਨਲ ਸਬਸਕ੍ਰਾਈਬ ਕਰ ਸਕਦੇ ਜੇ। ਧੰਨਵਾਦ।